ਅਸੀਂ ਲੋਤਿਆਂ ਸਿਵਲ ਹੌਸਪੀਟਲ ਜਿੱਥੇ ਕਿ ਚਰਨਜੀਤ ਸਿੰਘ ਰਾਜੂ ਜੋ ਕਿ ਗੈਂਗ ਸਟਾਰ ਸੀ ਸ਼ੂਟਰ ਸੀ ਜੋ ਨੇ ਢੋਟੀਆਂ ਬੈਂਕ ਨੂੰ ਜਿਹੜਾ ਅੰਜਾਮ ਦਿੱਤਾ ਸੀ ਉਹਦੇ ਵਿੱਚ ਜੋ ਕਿ ਇੱਕ ਥਾਣੇਦਾਰ ਜਿਹੜਾ ਉਹਨੂੰ ਵੀ ਜਿਹੜਾ ਜ਼ਖਮੀ ਕੀਤਾ ਸੀ ਉਹਦੇ ਮੁਕਦਮੇ ਦੇ ਵਿੱਚ ਜੋ ਕਿ ਇਹ ਲੋੜੀਦਾ ਸੀ ਔਰ ਇਹਨੂੰ ਗ੍ਰਿਫਤਾਰ ਵੀ ਕੀਤਾ ਸੀ ਔਰ ਇਹਨੂੰ ਦੇਰੇ ਇਲਾਜ ਲਈ ਲਿਆਂਦਾ ਗਿਆ ਇੱਥੇ ਜਿੱਥੇ ਕਿ ਦੇਰ ਰਾਤ ਜੋ ਕਿ ਇਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੋ ਕਿ ਮੋਟਰਸਾਈਕਲ 'ਤੇ ਆਏ ਔਰ ਇਹਨਾਂ ਨੂੰ ਹਥਿਆਰਾਂ ਦੀ ਨੋਕ 'ਤੇ ਜਿਹੜਾ ਵਾ ਛਡਾ ਕੇ ਇੱਥੋਂ ਲੈ ਗਏ ਔਰ ਪੁਲਿਸ ਪ੍ਰਸ਼ਾਸਨ ਜੋ ਇਸ ਵੇਲੇ ਜੋ ਕਿ ਇਸ ਦੀ ਜਿਹੜੀ ਆ ਲਾਗੇ ਬੰਨੇ CCTV ਫੁਟੇਜ ਜਿਹੜੀ ਖੰਗਾਲ ਰਿਹਾ ਵਾ ਔਰ ਜਲਦ ਜਿਹੜੀ ਆ ਇਹਨੂੰ ਫੜਨ ਦਾ ਜਿਹੜਾ ਵਾ ਵਾਅਦਾ ਕੀਤਾ ਜਾ ਰਿਹਾ ਵੀ ਜਲਦ ਇਹਨੂੰ ਜਿਹੜਾ ਵਾ ਗ੍ਰਿਫਤਾਰ ਵੀ ਕੀਤਾ ਜਾਵੇਗਾ। ਸੰਦੀਪ ਮਿਲਾਪ, ਲਿਵਿੰਗ ਇੰਡੀਆ ਨਿਊਜ਼, ਤਰਨ ਤਾਰਨ।